ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ। ਇਸ ਟਾਈਮ ਅਸੀਂ ਖੜ੍ਹੇ ਹਾਂ ਪਿੰਡ ਦੁਗਾਲ ਨੈਸ਼ਨਲ ਹਾਈਵੇਜ਼ NH 71, ਜਿਸ ਦੇ ਉੱਤੇ ਬਿਜਲੀ ਬੋਰਡ ਇੱਕ ਲਾਈਨ ਕੱਢ ਰਿਹਾ ਹੈ 11,000 ਵੋਲਟ ਦੀ, ਜੋ 24 ਘੰਟੇ ਲਾਈਨ ਹੈ ਫੈਕਟਰੀਆਂ ਨੂੰ ਦੇਣੀ ਹੈ। ਇਹ ਲਾਈਨ ਕੱਢਣ 'ਤੇ ਇੱਥੇ ਦੇ ਵਸਨੀਕਾਂ ਨੂੰ ਇਤਰਾਜ਼ ਹੈ। ਕੀ ਇਤਰਾਜ਼ ਹੈ, ਲੈਣ ਦੀ ਮਨਜ਼ੂਰੀ ਹੈ ਨਾ ਹੈ, ਇਹ ਬਿਜਲੀ ਬੋਰਡ ਨੂੰ ਵੀ ਪੁੱਛਾਂਗੇ ਅਤੇ ਗੱਲ ਕਰਦੇ ਹਾਂ ਜੀ ਇੱਥੇ ਦੇ ਵਸਨੀਕ ਲੋਕਾਂ ਨਾਲ। ਗੱਲ ਕਰਦੇ ਹਾਂ ਜੀ ਸੰਬੰਧਿਤ ਲੋਕਾਂ ਨਾਲ ਜੋ ਇੱਥੇ ਦੇ ਵਸਨੀਕ ਨੇ। ਇਹ ਨੇ ਨੰਬਰਦਾਰ ਗੁਰਪ੍ਰੀਤ ਸਿੰਘ ਜੀ ਦੁਗਾਲ ਖੁਰਦ। ਹਾਂਜੀ ਨੰਬਰਦਾਰ ਸਾਹਿਬ, ਇਹ ਲਾਈਨ ਨਿਕਲ ਰਹੀ ਹੈ, ਇਹ ਕੀ ਇਤਰਾਜ਼ ਹੈ ਆਪਾਂ ਨੂੰ? ਸਾਨੂੰ ਇਤਰਾਜ਼ ਹੈ, ਇੱਕ ਐਕਸੀਡੈਂਟ ਹੋਣਗੇ ਸੜਕ ਦੇ ਉੱਤੇ ਵੱਡੇ ਰੋਡ 'ਤੇ। ਹਾਂਜੀ, ਖੰਭੇ ਕੱਢ ਰਹੇ ਨੇ ਵੱਡੇ ਰੋਡ ਦੇ ਉੱਤੇ, ਘਰਾਂ 'ਤੇ JV ਦਾ ਘਰ ਹੈ ਉਹ 'ਤੇ ਤਾਰਾਂ, ਕੱਲ੍ਹ ਤਾਰ ਟੁੱਟਦੀ ਹੈ ਐਕਸੀਡੈਂਟ ਹੁੰਦੀ ਹੈ। ਇੱਥੋਂ ਕੰਬਾਈਨ ਮਿਲ ਲੱਗਦੀ, ਇੱਥੋਂ ਭੂੰਗਾ ਟਰਾਲੀ ਮਿਲ ਲੱਗਦੀ, ਕਰੋਸੇ ਨਹੀਂ ਹੁੰਦੀ, ਦੋ ਚੀਜ਼ਾਂ ਕਰੋਸੇ ਨਹੀਂ ਹੁੰਦੀਆਂ ਹੈਗੀਆਂ ਅਤੇ ਸਾਰੇ ਘਰਾਂ ਦਾ ਨੁਕਸਾਨ ਹੁੰਦਾ ਇਹ। ਹਾਂਜੀ ਹਾਂਜੀ, ਅਤੇ ਕੀ ਕਹਿੰਦੇ ਨੇ ਬਿਜਲੀ ਮਹਿਕਮੇ ਵਾਲੇ ਜੀ? ਬਿਜਲੀ ਮਹਿਕਮੇ ਵਾਲੇ ਕਹਿੰਦੇ ਵੀ ਅਸੀਂ ਗੱਡਾਂਗੇ, ਇਹਨਾਂ ਕੋਲ ਕੋਈ ਮਨਜ਼ੂਰੀ ਨਹੀਂ ਸੜਕ ਤੋਂ, ਇਹਨਾਂ ਨੇ ਸੜਕ ਵਾਲਿਆਂ ਤੋਂ ਵੀ ਕੋਈ ਮਨਜ਼ੂਰੀ ਨਹੀਂ ਲਈ, ਇੱਕ ਧੱਕਾ ਕਰ ਰਹੇ ਨੇ ਇੱਕ ਲੋਕਾਂ ਨਾਲ ਵੀ ਜੇ ਇਹਨਾਂ ਨੇ ਲਾਈਨ ਕੱਢਣੀ ਆ, ਜਿਹੜੀ ਲਾਈਨ ਜਾਂਦੀ ਹੈ ਹਾਂਜੀ ਹਾਂਜੀ, ਉਹਦੇ ਉੱਤੇ ਕੇਬਲ ਵੀ ਪਾ ਕੇ ਲਿਜਾ ਸਕਦੇ ਨੇ। ਇਹ ਹੋਰ ਕਿਹੜੀ ਲਾਈਨ ਜਾਂਦੀ ਹੈ ਜੀ? ਹਾਂ ਪਿੰਡ ਵਿੱਚ ਦੀ ਜਾਂਦੀ ਹੈ, ਸੈਲਰਾਂ ਲਾਈਟ ਸਾਰੀ ਜਾਂਦੀ ਹੈ। ਅੱਛਾ ਅੱਛਾ, ਠੀਕ ਹੈ ਜੀ, ਸਹੀ ਚੱਲ ਰਹੀ ਹੈ। ਕੋਈ ਸ਼ਰਾਰਤੀ ਬੰਦਾ ਪਹਿਲਾਂ 2-4 ਦਿਨ ਉਹਨੇ ਹਾਂਜੀ ਸ਼ਰਾਰਤ ਕਰਕੇ ਸੰਗਲ ਸਿੱਟ ਕੇ 1-2 ਦਿਨ ਬੰਦ ਕਰਾ ਦਿੱਤੀ। ਹਾਂਜੀ ਹਾਂਜੀ, ਇਹਨਾਂ ਕਹਿਣ ਲੱਗੇ ਵੀ ਨਵੀਂ ਲਾਈਨ ਕੱਢਦੇ, ਵੀ ਇਹਦਾ ਕੋਈ ਤਾਂ ਬਹੁਤ ਖਰਾਬ ਕਰੂਗੀ, ਸਾਰੇ ਪਿੰਡ ਦਾ ਅੱਡੇ ਦਾ ਨੁਕਸਾਨ ਹੈ, ਘਰਾਂ ਦੇ ਉੱਤੋਂ ਦੀ ਆਉਂਦੀ ਆ, ਕਿਸੇ ਦੇ ਤਾਰ ਟੁੱਟ ਗਈ ਘਰ ਦੇ ਨਾਲ ਲੱਗਦੀ ਹੈ ਕੋਠੀ ਦੇ, ਹਾਂਜੀ ਹਾਂਜੀ ਕੋਠੀਆਂ ਦੇ ਨਾਲ ਲੱਗਦੀ ਹੈ, ਸਾਰੇ ਨੁਕਸਾਨ ਹੈ ਸਾਰੇ, ਅੱਜ ਇਹ ਵੀ ਕਾਲੇ ਕਾਕੜਾ ਸਾਰੇ ਆਖੜੇ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਹਦੇ 'ਤੇ? ਇਹੀ ਕਹਿਣਾ ਚਾਹੁੰਦੇ ਹਾਂ ਜੀ ਬਸ, ਵੀ ਇਹ ਲਾਈਨ ਨਿਕਲਣੀ ਨਹੀਂ ਚਾਹੀਦੀ ਆਪਣੇ ਘਰਾਂ ਦੇ ਉੱਪਰ ਦੀ ਜਾਂਦੀ ਹੈ, ਇਹ ਵੀ ਬੱਚਿਆਂ ਦਾ ਨੁਕਸਾਨ ਹੋ ਸਕਦਾ, ਕੱਲ੍ਹ ਨੂੰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਇਸ ਚੀਜ਼ ਦਾ, ਇਹ ਬਿਲਕੁਲ ਨਜਾਇਜ਼ ਆ, ਕੋਈ ਮਹਿਕਮੇ ਤੋਂ ਮਨਜ਼ੂਰੀ ਨਹੀਂ ਹੈਗੀ ਇਹਦੀ, ਇਹ ਹਾਂਜੀ ਇਹ ਬਿਲਕੁਲ ਧੱਕੇ ਵਾਲਾ ਕੰਮ ਹੋ ਰਿਹਾ ਇਹ। ਹਾਂਜੀ, ਇਹ ਧੱਕੇ ਨਾਲ ਲਾਈਨ ਕੱਢ ਰਹੇ ਨੇ ਜੀ ਇਹ, ਹਾਂਜੀ ਇਹ ਨਿਕਲਣੀ ਨਹੀਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਧੱਕੇ ਵਾਲੀ ਕੰਮ ਆ ਜੀ ਇੱਥੇ, ਧੱਕਾ ਕਰ ਰਹੇ ਨੇ ਜੀ? ਠੀਕ ਹੈ ਜੀ, ਇੱਧਰ ਮਾਈਆਂ ਖੜੀਆਂ ਨੇ, ਮਾਈਆਂ ਨਾਲ ਗੱਲ ਕਰਦੇ ਹਾਂ ਜੀ। ਹਾਂਜੀ ਮਾਤਾ ਜੀ, ਕੀ ਕਹਿੰਦੇ ਹੋ ਤੁਸੀਂ, ਲਾਈਨ ਨਿਕਲ ਰਹੀ ਹੈ ਜੀ, ਕੀ ਇਤਰਾਜ਼ ਹੈ ਤੁਹਾਨੂੰ? ਸਾਡੇ ਪਾਰਾਮੂਰ ਜੀ, ਅਸੀਂ ਜੀ ਲਾਈਨ, ਅਸੀਂ ਘਰ ਬਾਰ ਵੀ ਬਣਾ ਸਕਦੇ, ਅਸੀਂ ਬਾਗਲ ਵੀ ਬਣਾ ਸਕਦੇ ਡੰਗਰਾਂ ਵਾਲਾ ਇੱਥੇ, ਹਾਂਜੀ ਸਾਡਾ ਬਸ ਹੈ ਜੀ ਪਾਰਾਮੂਰ ਜੀ, ਅਸੀਂ ਨਹੀਂ ਬਣਾਉਣ ਦਿੰਦੇ ਜੀ, ਧੱਕਾ ਹੋ ਰਿਹਾ ਸਾਡੇ ਨਾਲ। ਹਾਂਜੀ ਠੀਕ ਹੈ ਜੀ, ਦੇਖੋ ਇਹ ਬਿਜਲੀ ਮਹਿਕਮੇ ਦੇ ਜੋ ਠੇਕੇਦਾਰ ਨੇ ਆਏ ਸੀ ਅਤੇ ਇਹ ਪਿੰਡ ਦੇ ਇਤਰਾਜ਼ ਕਰਦੇ ਨੇ, ਇਹ ਲਾਈਨ ਨਹੀਂ ਨਿਕਲਦੇ ਤਾਂ ਇਹਨਾਂ ਨੇ ਰੋਕਤਾ ਸੀ, ਗੱਲ ਕਰਦੇ ਹਾਂ ਇਹਨਾਂ ਨਾਲ ਠੇਕੇਦਾਰਾਂ ਨਾਲ। ਹਾਂਜੀ ਬਾਈ ਜੀ, ਤੁਸੀਂ ਲਾਈਨ ਕੱਢਣ ਲਈ ਆਏ ਸੀ, ਕਿਹਨੇ ਭੇਜਿਆ ਸੀ ਤੁਹਾਨੂੰ ਡਿਊਟੀ ਲਾ ਕੇ ਜੀ? ਗੁਰਵਿੰਦਰ ਜੀ ਨੇ ਭੇਜਿਆ ਜੀ। ਅੱਛਾ ਜੀ, ਅਤੇ ਇਹਦੀ ਮਨਜ਼ੂਰੀ ਮਨਜ਼ਾਰੀ ਹੈ ਆਪਣੇ ਕੋਲ? ਨਹੀਂ ਉਹ ਤਾਂ ਦੇਖੋ ਜੇਈ ਸਾਹਿਬ ਲਈ ਹੋਊਗਾ ਜੀ, ਜੇਈ ਸਾਹਿਬ ਕੋਲ ਹੋਊਗਾ ਜੀ, ਜੇਈ ਸਾਹਿਬ ਕੋਲ ਹੋਊਗਾ ਸਭ ਦਾ। ਹਾਂਜੀ ਉਹਦੇ ਮੁਤਾਬਕ ਹੀ ਕੰਮ ਕਰਦਾ। ਹਾਂਜੀ ਫਿਰ ਹੁਣ ਤੁਹਾਨੂੰ ਇਹਨਾਂ ਨੇ ਰੋਕਦਾ, ਤੁਸੀਂ ਰੁਕ ਗਏ? ਹਾਂ ਅਸੀਂ ਤਾਂ ਜੀ ਖੜੇ ਸੀ, ਪਹਿਲਾਂ 2-3 ਵਾਰ ਮੁੜ ਗਏ ਜੀ ਉਹ। ਅੱਛਾ ਜੀ, ਚਲੋ ਜੇਈ ਸਾਹਿਬ ਸਾਨੂੰ ਕਹਿੰਦੇ ਨੇ ਵੀ ਉੱਥੇ ਕੰਮ 'ਤੇ ਸਾਈਡ 'ਤੇ ਆਓ, ਅਸੀਂ ਆ ਜਾਂਦੇ ਹਾਂ ਅਤੇ ਬਾਈ ਰੁਕ ਜਾਂਦੇ ਹਾਂ। ਠੀਕ ਹੈ ਜੀ, ਕੋਈ ਝਗੜਾ ਕਰਨਾ? ਅਤੇ ਕੀ ਕਹਿੰਦੇ ਨੇ ਹੁਣ ਜੇਈ ਸਾਹਿਬ? ਆ ਰਹੇ ਨੇ ਜੀ, ਉਹ ਕਹਿੰਦੇ ਵੀ ਆ ਰਹੇ ਨੇ, ਆ ਰਹੇ ਨਾਲ। ਅੱਛਾ ਜੀ, ਪ੍ਰੋਸੈਸ਼ਨ ਨਾਲ ਆ ਰਹੇ ਨੇ, ਲੈ ਕੇ ਵੀ ਆਪਾਂ ਕੰਮ ਕਰਨਾ ਹੈ। ਠੀਕ ਹੈ ਜੀ, ਇਹ ਕਿਹੜੀ ਲਾਈਨ ਨਿਕਲ ਰਹੀ ਹੈ? ਇਹ ਇੰਡਸਟਰੀ ਏਰੀਆ, ਇੱਧਰ ਫੈਕਟਰੀਆਂ ਨੇ ਵਾਸਤੇ ਲਿੰਕ ਪਹਿਲਾਂ ਪਿੰਡ ਵਿੱਚ ਵੀ ਆਉਂਦਾ ਸੀ ਜੀ। ਹਾਂਜੀ, ਇੱਧਰ ਰੋਡ ਦੇ ਨਾਲ। ਕਿੰਨੇ 1000 ਵੋਲਟ ਦੀ ਹੋਊ ਇਹ?
ਪਤਾ ਨਹੀਂ ਜੀ, ਉਹ ਤਾਂ ਜੀ ਸਾਹਿਬ ਨੂੰ ਪਤਾ ਹੋਊਗਾ। ਅੱਛਾ ਜੀ, ਚਲੋ ਠੀਕ ਹੈ ਜੀ। ਇਹ ਕੇਬਲ ਪੈਣੀਆਂ ਜਾਂ ਨੰਗੀਆਂ ਤਾਰਾਂ? ਉਹ ਵੀ ਉਹਨਾਂ ਦਾ ਐਸਟੀਮੇਟ ਦੱਸੂਗਾ ਜੀ ਕੀ ਹੈ। ਠੀਕ ਹੈ ਜੀ, ਚਲੋ ਜੇਈ ਸਾਹਿਬ ਨੇ ਆਉਣਾ, ਪ੍ਰਸ਼ਾਸਨ ਨੇ ਆਉਣਾ, ਜਦੋਂ ਆਉਂਦੇ ਨੇ ਉਹਨਾਂ ਨੂੰ ਪੁੱਛਾਂਗੇ ਮਨਜ਼ੂਰੀ ਬਾਰੇ, ਇਹ ਲੈਣ ਕਿਵੇਂ ਨਿਕਲ ਰਹੀ ਹੈ, ਨਕਸ਼ਾ ਪਾਸ ਹੋਇਆ ਨਾ ਹੋਇਆ, ਇਹਦੇ ਬਾਰੇ ਇਹਨਾਂ ਨੂੰ ਨੌਲੇਜ ਨਹੀਂ। ਜੇਈ ਸਾਹਿਬ ਦੱਸਣਗੇ, ਜਦੋਂ ਵੀ ਆਉਂਦੇ ਨੇ ਜੇਈ ਸਾਹਿਬ ਨਾਲ ਗੱਲ ਕਰਾਂਗੇ।